ਹੁਣ ਤੁਸੀਂ ਜਦ ਪਿਆਰ ਨਾਲ ਮਿਲੋਗੇ ਫਿਰ ਅਸੀਂ ਵੀ ਪਿਆਰ ਨਾਲ ਮਿਲਾਂਗੇ, ਖਾਮ ਖਾ ਕੇ ਸਿਰ ਚੜ੍ਹੋਗੇ ਫਿਰ ਅਗਲਾ ਵੀ ਤੁਹਾਡੇ ਸਿਰ 'ਤੇ ਚੜ੍ਹੂਗਾ। ਤਕੜਾ ਹੋ ਜਾ ਸ਼ੇਰਾ, ਸਿੰਘਾ ਆ ਗਿਆ। ਕਿਰਦਾਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਜਿੱਦਾਂ ਪਹਿਲਾਂ ਕਿ ਇੱਕ ਮੁੰਡੇ ਦਾ ਕਿਰਦਾਰ ਆ, ਕੋਈ ਸਟੈਂਡ ਰੱਖਣ ਵਾਲਾ ਮੁੰਡਾ, ਅਤੇ ਆਪਣੇ ਮਾਮੇ ਦੀ ਗੱਲ ਸੁਣਦਾ ਉਹ, ਅਤੇ ਉਹਨਾਂ ਦੇ ਵਾਸਤੇ ਕੁਛ ਵੀ ਚੰਗਾ ਮਾੜਾ ਕੋਈ ਵੀ ਕੰਮ ਜੋ ਉਦੋਂ ਮਾਮਾ ਜੀ ਕਹਿੰਦੇ ਆ ਉਹਨਾਂ ਦੀ ਗੱਲ ਮੰਨ ਕੇ ਉਹ ਕਰਦਾ। ਸਟਾਰ ਕੈਨੇਡਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਜੋਰਾ 10 ਨੰਬਰ ਤੋਂ ਬਾਅਦ ਜੋਰਾ ਜਿਹੜਾ ਚੈਪਟਰ 2 ਆ ਉਹ ਫਿਲਮ ਰਿਲੀਜ਼ ਹੋ ਰਹੀ ਹੈ 6 ਮਾਰਚ ਨੂੰ। ਉਦੋਂ ਸਟਾਰ ਕਾਸਟ ਜਿਹੜੀ ਆ ਅੰਮ੍ਰਿਤਸਰ ਆਈ ਹੈ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸਿੰਘਾ ਜੀ। ਸਿੰਘਾ ਜੀ ਸਭ ਤੋਂ ਪਹਿਲਾਂ ਸਟਾਰ ਕੈਨੇਡਾ ਟੀਵੀ ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਸਿੰਘਾ ਜੀ ਕੀ ਫਿਲਮ ਵਿੱਚ ਕੀ ਤੁਹਾਡਾ ਰੋਲ ਹੈਗਾ, ਐਕਟਿੰਗ ਤੋਂ ਬਾਅਦ ਕਿਸ ਤਰ੍ਹਾਂ ਗਾਇਕੀ ਤੋਂ ਬਾਅਦ ਐਕਟਿੰਗ ਫਿਲਮ ਕੀਤੀ ਆ, ਕਿਸ ਤਰ੍ਹਾਂ ਤੁਹਾਡਾ ਰੋਲ ਆ, ਕੀ ਮੇਨ ਹੈਗਾ ਕੰਸੈਪਟ? ਇਹਦੇ ਵਿੱਚ ਰੋਲ ਇੱਕ ਧਾਕੜ ਜਿਹੇ ਮੁੰਡੇ ਦਾ ਰੋਲ ਆ, ਅਤੇ ਬਸ ਜਿੱਦ ਜਿੱਦ ਵਾਲਾ ਜਿੱਦੀ ਆ, ਅਤੇ ਜਿਹੜਾ ਕੰਮ ਕਰਦਾ ਉਹ ਚਾਹੇ ਚੰਗਾ ਚਾਹੇ ਮਾੜਾ ਬਸ ਫਤਿਹ ਕਰਦਾ, ਠੋਕ ਕੇ ਰੱਖਦਾ। ਜਿਸ ਤਰ੍ਹਾਂ ਦਾ ਫਿਲਮ 'ਚ ਦਿਖਾਇਆ ਗਿਆ, ਰਾਜਨੀਤੀ ਦਿਖਾਈ ਗਈ ਆ, ਹਥਿਆਰਾਂ ਵਾਲੇ ਦਿਖਾਏ ਗਏ, ਕਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਪੰਜਾਬ ਦਾ ਮਾਹੌਲ ਵਿੱਚ ਹੈਗਾ ਸਰ? ਨਹੀਂ ਨਹੀਂ ਜੀ, ਵੈਸੇ ਕੁਛ ਕੁਛ ਇੰਸੀਡੈਂਟ ਜਿਹੜੇ ਰੀਅਲ ਨੇ, ਰਾਜਨੀਤੀ ਹੋ ਗਈ ਜੋ ਵੀ ਹੈ ਨਾ, ਜੋ ਚੱਲਦਾ ਸਾਡੇ ਸਮਾਜ ਦੇ ਵਿੱਚ ਉਹ ਚੀਜ਼ ਹੈ। ਬਾਕੀ ਇੰਨਾ ਵੀ ਨਹੀਂ ਹੈਗਾ ਕਿ ਆਪਾਂ ਹਰੇਕ ਚੀਜ਼ 'ਤੇ ਆਪਣੇ ਪੰਜਾਬ ਨੂੰ ਮਾੜਾ ਕਹੀਏ ਜੀ, ਹੈ ਨਾ, ਬਸ ਜਿੰਨਾ ਕੁ ਹੈਗਾ ਰਿਐਲਿਟੀ ਬੇਸ ਹੈ, ਰੀਅਲ ਸਿਨੇਮਾ ਹੈ। ਅਤੇ ਸਿੰਘਾ ਜੀ ਤੁਹਾਡੇ ਵਿੱਚ ਗੀਤ ਵਗੈਰਾ ਵੀ ਤੁਹਾਡੇ ਵਿੱਚ ਹੈਗੇ ਕਿ ਜਿਹੜੇ ਬੋਲੇ ਜਿਹੜੇ ਤੁਸੀਂ? ਗੀਤ ਇੱਕ ਆ ਜੀ ਦਲੇਰੀਆਂ ਗਾਣਾ ਆ, ਪ੍ਰਮੋਸ਼ਨਲ ਟਰੈਕ ਆ ਮੇਰਾ। ਹਾਂਜੀ, ਜਿਸ ਤਰ੍ਹਾਂ ਲੋਕ ਕਹਿੰਦੇ ਸਿੰਘਾ ਹੈਗਾ ਵੀ ਸਿਰ ਪਾੜਨ ਵਾਲਾ ਸਿੰਘਾ ਲੱਗਦਾ, ਪਰ ਅਸੀਂ ਆ ਇੰਟਰਵਿਊ ਕੀਤੀ ਸਾਨੂੰ ਲੱਗਦਾ ਨਹੀਂ ਆ ਸਿੰਘਾ, ਅਤੇ ਬਹੁਤ ਇੱਕ ਲੱਗਦਾ ਜਾਂ ਸ਼ਰੀਫ ਜਿਹਾ ਲੱਗਦਾ ਸਿੰਘਾ, ਕਿਉਂ ਸਿੰਘਾ ਕਿਸ ਤਰ੍ਹਾਂ? ਬਾਜੀ ਜਿੱਦਾਂ ਦਾ ਲੱਗਦਾ ਮਿਲ ਕੇ ਪਤਾ ਲੱਗਦਾ ਜੀ, ਮਿਲੇ ਆ ਲੱਗਦਾ ਸਾਨੂੰ, ਗੱਲਬਾਤ ਤੋਂ ਲੱਗਣ ਦਿਆ ਪਤਾ ਕਿਸ ਤਰ੍ਹਾਂ, ਪਰ ਲੱਗਦਾ ਜਿਵੇਂ ਸਿੰਘ ਦਾ ਕਹਿੰਦੇ ਸਿੰਘਾਂ ਸਿਰ ਪਾੜਤਾ ਇੱਦਾਂ ਕਰਤਾ, ਇਹ ਚੀਜ਼ ਆ ਜੀ। ਹੁਣ ਹੁਣ ਤੁਸੀਂ ਜਦ ਪਿਆਰ ਨਾਲ ਮਿਲੋਗੇ ਫਿਰ ਅਸੀਂ ਵੀ ਪਿਆਰ ਨਾਲ ਮਿਲਾਂਗੇ, ਹੱਸਦੇ ਚਿਹਰੇ ਜਦ ਲੈ ਕੇ ਆਉਂਦੇ ਸਾਰੇ, ਫਿਰ ਬੰਦਾ ਵੀ ਅੱਗਿਓਂ ਹੱਸਦਾ ਹੀ ਹੁੰਦਾ ਜੀ, ਅਤੇ ਖਾਮ ਖਾ ਕੇ ਸਿਰ ਚੜ੍ਹੋਗੇ ਫਿਰ ਅਗਲਾ ਵੀ ਤੁਹਾਡੇ ਸਿਰ 'ਤੇ ਚੜ੍ਹੂਗਾ ਜੀ, ਇਹ ਚੀਜ਼ ਆ। ਇਹ ਦੇਖਿਆ ਸਿੰਘੇ ਨੂੰ ਪਿਆਰ ਕਰਨ ਵਾਲੇ ਬਹੁਤ ਬਹੁਤ ਫੈਨ ਵਾਲੇ ਹੈਗੇ ਆ, ਸਿੰਘੇ ਦੇ ਬਹੁਤ ਪਿਆਰ ਲੋਕ ਕਰਦੇ ਨੇ ਜਿਹੜੇ ਦਰਸ਼ਕ ਹੈਗੇ ਆ। ਸਿੰਘਾ ਇੱਕ ਡਾਇਲੋਗ ਤੁਹਾਡਾ ਜਿਹੜਾ ਫਿਲਮ ਵਿੱਚ ਹੋਏ ਉਹ ਸੁਣਾਓ ਦਰਸ਼ਕਾਂ ਨੂੰ। ਲੋਗਾ ਤਕੜਾ ਹੋ ਜਾ ਸ਼ੇਰਾ, ਸਿੰਘਾ ਆ ਗਿਆ, ਉਹ ਡਾਇਲੋਗ ਹੋਰ ਵੀ ਹੈਗੇ ਨੇ ਪਰ ਹਲੇ ਮੇਰੇ ਖਿਆਲ 'ਚ ਇਹੀ ਇਹਨਾਂ ਨੇ ਰਿਵੀਲ ਪਾਇਆ ਸੀ ਟ੍ਰੇਲਰ 'ਚ। ਹਾਂਜੀ, ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਸ਼ਹੀਦ ਦੀ ਫਿਲਮ ਰਿਲੀਜ਼ ਹੋ ਰਹੀ ਆ, ਇੱਕ ਸੁਨੇਹਾ ਇੱਕ ਮੈਸੇਜ ਸਟਾਰ ਕੈਨੇਡਾ ਦੀ ਫਿਲਮ ਦੇਖ ਰਹੇ ਆ ਲੋਕਾਂ, ਉਹਨਾਂ ਨੂੰ ਕਹਿਣਾ ਚਾਹੋਗੇ? 6 ਮਾਰਚ ਨੂੰ ਬਸ ਤੁਸੀਂ ਆਪਣੇ ਸਿਨੇਮਿਆਂ ਘਰਾਂ 'ਚ ਜਾ ਕੇ ਜ਼ਰੂਰ ਦੇਖੋ, ਅਤੇ ਜੋਰਾ ਦਾ ਸੈਕਿੰਡ ਚੈਪਟਰ, ਅਤੇ ਬਾਕੀ ਦੱਸੋ ਕਿੱਦਾਂ ਦੀ ਲੱਗੀ। ਸਾਰਿਆਂ ਨੇ ਮਿਹਨਤ ਕੀਤੀ ਆ, ਸਾਰੇ ਆਰਟਿਸਟ ਜਿੰਨੇ ਸਾਰੇ ਮਿਹਨਤੀ ਆ, ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ। ਹਾਂਜੀ, ਆਪਣੇ ਸ਼ਹਿਰ ਪਹੁੰਚੀ ਅੰਮ੍ਰਿਤਸਰ, ਅਤੇ ਬਹੁਤ ਸਾਰੀਆਂ ਉਮੀਦਾਂ ਲੈ ਕੇ ਆਏ ਹਾਂ, ਬਾਬਾ ਜੀ ਦੀਆਂ ਬਲੈਸਿੰਗਸ ਲਈਆਂ, ਅਤੇ ਹੁਣ ਉਮੀਦ ਕਰਦੇ ਹਾਂ ਕਿ ਤੁਹਾਡੀ ਸਪੋਰਟ ਰਹੇਗੀ ਸਾਡੀ ਫਿਲਮ ਜੋਰਾ ਨੂੰ ਲੈ ਕੇ, ਜਿਹੜੀ ਕਿ 2 ਮਾਰਚ ਨੂੰ ਆ ਰਹੀ ਹੈ, ਅਤੇ ਬਹੁਤ ਹੀ ਡਿਫਰੈਂਟ ਫਿਲਮ ਆ, ਪੋਲੀਟੀਕਲ ਡਰਾਮਾ ਹੈ, ਐਂਡ ਪਹਿਲੇ ਚੈਪਟਰ ਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ, ਬਹੁਤ ਪਸੰਦ ਕੀਤਾ, ਹਾਲਾਂਕਿ ਮੈਂ ਪਹਿਲੇ 'ਚ ਨਹੀਂ ਸੀ ਬਟ ਮੈਨੂੰ ਮੈਸੇਜਿਸ ਬਹੁਤ ਆਉਂਦੇ ਨੇ, ਅਤੇ ਹੁਣ ਟਾਈਮ ਆ ਗਿਆ ਕਿ ਤੁਸੀਂ ਪਾਰਟ 2 ਜੋਰਾ ਦਾ ਸਿਨੇਮਾ ਘਰਾਂ 'ਚ ਬੈਠ ਕੇ ਦੇਖੋ, ਅਤੇ ਇਹੀ ਕਹਿਣਾ ਚਾਹੁੰਦਾ। ਫਿਲਮ ਆ ਜਾਣੀ ਜੀ 6 ਮਾਰਚ ਨੂੰ ਜੋਰਾ ਦਾ ਸੈਕਿੰਡ ਚੈਪਟਰ, ਅਤੇ ਜਾ ਕੇ ਮੈਂ ਇਹੀ ਕਹਿਣਾ ਕਿ ਜਾ ਕੇ ਜ਼ਰੂਰ ਦੇਖੋ, ਜਿੱਦਾਂ ਦਾ ਲੱਗੀ ਤਾਂ ਆਪਣਾ ਰਿਵਿਊ ਜ਼ਰੂਰ ਦਿਓ। ਬਹੁਤ ਮਿਹਨਤ ਕੀਤੀ ਆ ਸਾਰੀ ਟੀਮ ਨੇ, ਸਾਰੇ ਆਰਟਿਸਟ ਵੱਡੇ ਨੇ ਵਧੀਆ, ਅਤੇ ਦਿਨ ਰਾਤ ਇੱਕ ਕੀਤਾ, ਹੁਣ ਵੀ ਲੱਗੇ ਹੋਏ ਹਾਂ, ਅਤੇ ਮੈਂ ਇਹੀ ਗੁਰਦਾਸ ਕਰ। ਕਿਰਦਾਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਜਿੱਦਾਂ ਪਹਿਲਾਂ ਕਿ ਇੱਕ ਮੁੰਡੇ ਦਾ ਕਿਰਦਾਰ ਆ, ਕੋਈ ਸਟੈਂਡ ਰੱਖਣ ਵਾਲਾ ਮੁੰਡਾ, ਅਤੇ ਆਪਣੇ ਮਾਮੇ ਦੀ ਗੱਲ ਸੁਣਦਾ ਉਹ, ਅਤੇ ਉਹਨਾਂ ਦੇ ਵਾਸਤੇ ਕੁਛ ਵੀ ਚੰਗਾ ਮਾੜਾ ਕੋਈ ਵੀ ਕੰਮ ਜੋ ਉਦੋਂ ਮਾਮਾ ਜੀ ਕਹਿੰਦੇ ਆ ਉਹਨਾਂ ਦੀ ਗੱਲ ਮੰਨ ਕੇ ਉਹ ਕਰਦਾ। ਅੰਮ੍ਰਿਤਸਰ ਪਹੁੰਚ ਕੇ ਬਹੁਤ ਹੀ ਵਧੀਆ ਲੱਗਾ, ਅਤੇ ਪਹਿਲਾਂ ਤਾਂ ਗੁਰੂ ਘਰ ਗਏ ਹਾਂ, ਦਿਨ ਸ਼ੁਰੂ ਕੀਤਾ ਉੱਥੋਂ ਅਸੀਂ ਆਪਣਾ, ਅਤੇ ਆਸ਼ੀਰਵਾਦ ਲਿਆ, ਅਤੇ ਬਹੁਤ ਸਾਰਾ ਪਿਆਰ, ਬਹੁਤ ਸਾਰੀ ਰਿਸਪੈਕਟ। 6 ਮਾਰਚ ਨੂੰ ਰਿਲੀਜ਼ ਹੋ ਰਹੀ ਆ ਜੀ ਜੋਰਾ ਦਾ ਸੈਕਿੰਡ ਚੈਪਟਰ। ਸ਼ੂਟ ਬਠਿੰਡੇ ਹੋਇਆ ਜੀ ਇਹ, ਪਟਿਆਲੇ, ਚੰਡੀਗੜ੍ਹ ਆਲੇ ਦੁਆਲੇ ਲੋਕੇਸ਼ਨਾਂ 'ਤੇ। ਨਹੀਂ ਨਹੀਂ, ਅੰਮ੍ਰਿਤਸਰ ਨਹੀਂ ਹੋਇਆ, ਕੁਛ ਬੰਬੇ ਹੋਇਆ। ਸਾਨੂੰ ਲੱਗਦਾ ਵੀ ਅੱਗੇ ਸਿੰਘੇ ਹੋਣੀ ਹੋਰ ਫਿਲਮਾਂ ਦੇ ਵਿੱਚ ਸਾਨੂੰ ਦੇਖਣ ਨੂੰ ਕਹਿੰਦੇ ਕਿ ਦਰਸ਼ਕਾਂ? ਹਾਂਜੀ, ਹੁਣ ਸਫ਼ਰ ਸ਼ੁਰੂ ਕੀਤਾ ਹੈ, ਬਾਕੀ ਦੇਖੋ। ਕੋਈ ਡਾਇਲੌਗ ਡਾਇਲੌਗ ਇਹਦੇ ਵਿੱਚ ਹੈਗਾ ਜੀ? ਸਿੰਘਾ ਬੋਲਦਾ, ਸਿੰਘਾ ਬੋਲਦਾ ਮੇਰੇ,
ਜਿਹੜਾ ਫਿਲਮ 'ਚ ਡਾਇਲੋਗ ਆ ਉਹ ਹੈਗਾ ਤਕੜਾ ਹੋ ਜਾ ਸ਼ੇਰਾ ਸਿੰਘਾ ਆ ਗਿਆ। ਹਾਂਜੀ, ਜੋਰਾ ਦੂਜਾ ਅਧਿਆਇ 6 ਮਾਰਚ ਨੂੰ ਆ ਰਹੀ ਹੈ। ਕਹਿਣਾ ਇਹੀ ਚਾਹੂੰਗਾ ਜੀ, ਇੱਕ ਚੰਗਾ ਸਿਨੇਮਾ, ਤੁਸੀਂ ਪਲੀਜ਼ ਤੁਹਾਡੇ ਰਾਹੀਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਾ ਕੇ ਦੇਖਿਓ 6 ਮਾਰਚ ਨੂੰ। ਐਂਡ ਸਾਰੀ ਜਿਹੜੀ ਸਾਡੀ ਸਟਾਰਕਾਸਟ ਆ ਉਹਨਾਂ ਨੇ ਬੜਾ ਅੱਛਾ ਕੰਮ ਕੀਤਾ। ਹਰ ਸਟਾਰਕਾਸਟ ਹਰ ਬੰਦਾ ਇਹੀ ਕਹਿੰਦਾ ਅੱਛਾ ਕੰਮ ਕੀਤਾ, ਬਟ ਵਾਕਈ ਬਾਕਮਾਲ ਕੰਮ ਕੀਤਾ, ਕਿਉਂਕਿ ਉਹ ਜਿਹੜੀ ਸਟਾਰਕਾਸਟ ਆ ਬੜੇ ਮਜ਼ੇ ਹੋਏ ਕਲਾਕਾਰ ਆ ਅਤੇ ਉਹਨਾਂ ਨੇ ਆਪਦੇ ਆਪ ਨੂੰ ਬਹੁਤ ਪਹਿਲਾਂ ਹੀ ਪ੍ਰੂਵ ਕਰਤਾ ਸੀ ਅਤੇ ਉਹ ਪ੍ਰੂਵ ਕਰਨ ਤੋਂ ਉੱਪਰ ਉੱਠ ਚੁੱਕੇ ਆ ਸਾਰੇ। ਸੋ ਇਸ ਕਰਕੇ ਮੈਂ ਕਹਿ ਰਿਹਾ ਉਹਨਾਂ ਦੇ ਬਿਹਾਫ 'ਤੇ ਕਹਿ ਰਿਹਾ, ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਸਰਦਾਰ ਅਮਰਦੀਪ ਸਿੰਘ ਗਿੱਲ ਉਹਨਾਂ ਨੇ ਡਾਇਰੈਕਟ ਕੀਤੀ ਹੈ ਫਿਲਮ, ਅਤੇ ਜਾ ਕੇ ਪਲੀਜ਼ ਦੇਖਿਓ 6 ਮਾਰਚ ਨੂੰ ਅਤੇ ਸਾਨੂੰ ਹੱਲਾ ਸ਼ੇਰੀ ਅਤੇ ਹੌਸਲਾ ਅਫਜ਼ਾਈ ਦਿਓ ਜੀ। ਥੈਂਕ ਯੂ ਸੋ ਮੱਚ, ਸਤਿ ਸ਼੍ਰੀ ਅਕਾਲ। ਥੋੜਾ ਸਾਹਿਬ ਤੋਂ ਬਾਈ ਆ ਜਾਓ ਆ ਜਾਓ ਚਲੋ ਜੀ, ਚਲੋ 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 ਭਾਜੀ ਪਿੱਛੇ ਰਾ ਵੀਰ ਭਾਜੀ For more information, subscribe the channel and press the bell icon.